ਭਾਈ ਸਾਹਿਬ ਕੋਈ ਨੇੜੇ ਨਾ ਆਇਓ। ਬੋਲੇ 16 ਰੁਪਏ ਸਤਿਗੁਰੂ ਰਾਮਦਾਸ ਮਹਾਰਾਜ ਕੀ ਜੈ। ਸਤਿਗੁਰੂ ਦਾ ਸ਼ਕਤੀ ਹਮਾਰੇ, ਸਤਿਗੁਰੂ ਦਾ ਸ਼ਕਤੀ ਹਮਾਰੇ, ਸਤਿਗੁਰੂ ਦਾ ਸ਼ਕਤੀ ਹਮਾਰੇ। ਬੋਲੇ 16 ਰੁਪਏ ਗੁਰੂ ਸਵਾਮੀ ਸਰਬੰਦਾਸ ਮਹਾਰਾਜ ਕੀ ਜੈ। ਬੋਲੇ 16 ਰੁਪਏ ਅਵਸ਼ੀ ਸਤਰਾਮਾ ਦਾ ਮਹਾਰਾਜ ਕੀ ਜੈ। ਗੁਰੂ ਦਾ ਸ਼ਕਤੀ ਹਮਾਰੇ, ਬੈਠੇ ਰਹੋ ਸੰਗ, ਸਾਰੀ ਬੈਠੀ ਰਹੋ, ਸਾਰੀ ਸੰਗ ਬੈਠੀ ਰਹੋ। ਭਾਈ ਬੈਠੇ ਰਹੋ, ਬੈਠੇ ਰਹੋ, ਬੈਠੇ ਰਹੋ। ਜੈ ਗੁਰਦੇਵ, ਧੰਨ ਹੋਵੇ ਜੀ ਗੁਰੂ ਕੈ ਸਤਸੰਗ ਜੀ।
ਚਿਰ ਪੈਓ ਦਰਸ਼ਨ ਦੇਖੇ ਬਾਬਾ ਪਿੱਪਲ ਦਾਸ ਗੁਰੂ ਸਰਵਨ ਦਾ ਹਰੀਦਾਸ ਗੁਰ ਜੋਏ ਸੋ ਹਮਰੀ ਰੱਖਿਆ ਕਰੇ ਬਿਘਨ ਨਾ ਲਾਗੇ ਕੋਈ ਤਨ ਤਨ ਸਤਿਗੁਰ ਗਰੀਬ ਦਾ ਬੰਦੋ ਨਿਤ ਸੁਬਚਾ ਚਰਨ ਕਵਰ ਕੋ ਦੰਡਵਤ ਕੋਟ ਕੋਟ ਕਰਨਾ ਚਰਨ ਕਵਲ ਕੋ ਦੰਡਵਤ ਰਵਿਦਾਸ ਪਏ ਨਰ ਦੇਵਤੇ ਜਿਨ ਤਿਆਗੇ ਪੰਚ ਵਿਕਾਰ ਭਾਈ ਜਿਹੜਾ ਆਦਮੀ ਆਪਣੇ ਅੰਦਰੋਂ ਵਿਕਾਰਾਂ ਨੂੰ ਤਿਆਗ ਦੇਵੇਗਾ ਸਤਿਗੁਰ ਜੀ ਕਹਿੰਦੇ ਬਾਹਰੋਂ ਵੀ ਔਰ ਅੰਦਰੋਂ ਵੀ ਸਤਿਗੁਰ ਜੀ ਕਹਿੰਦੇ ਭਾਈ ਨਿਰਮਲ ਹੋ ਜਾਏਗਾ ਅਤੇ ਆਓ ਸਤਿਗੁਰ ਜੀ ਕਹਿੰਦੇ ਸਤ ਸੰਤੋਖ ਹਰ ਸਦਾਚਾਰ ਜੀਵਨ ਕੋ ਆਧਾਰ ਰਵਿਦਾਸ ਪਏ ਨਰ ਦੇਵਤੇ ਜਿਨ ਤਿਆਗੇ ਪੰਚ ਵਿਕਾਰ ਕਹਿੰਦੇ ਆਦਮੀ ਇਨਸਾਨ ਤੋਂ ਖੁਦਾ ਭਗਵਾਨ ਬਣ ਜਾਂਦਾ ਅਤੇ ਗੁਰੂ ਜੀ ਨੇ ਬਾਣੀ ਦੀ ਸ਼ੁਰੂਆਤ ਇੱਥੋਂ ਕੀਤੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇਰੇ ਵਿੱਚ ਔਰ ਮੇਰੇ ਵਿੱਚ, ਮੇਰੇ ਵਿੱਚ ਔਰ ਤੇਰੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਅੰਤਰ ਨਹੀਂ ਹੈ, ਤੂੰ ਤੂੰ ਕਰਤਾ ਤੂੰ ਹੂਆ ਮੁਝਮੇ ਰਹਾ ਨਾ ਹੂ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਸਤਿਗੁਰ ਜੀ ਕਹਿੰਦੇ ਫਿਰ ਸਭਨਾ ਦੇ ਵਿੱਚ ਉਹਦੀ ਜੋਤ ਸਭਨਾ ਦੇ ਵਿੱਚ ਉਹਦਾ ਪ੍ਰਕਾਸ਼ ਅਬਲ ਅੱਲਾ ਨੂਰੂ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਮੰਦੇ ਤੋਂ ਗੁਰੂ ਪਿਆਰੀ ਸਤਸੰਗ ਜੀ ਆਓ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਜੈਤੀ ਪੁਰਬ ਅਸੀਂ ਸਮੁੱਚੀਆਂ ਸੰਗਤਾਂ ਮਨਾ ਰਹੇ ਹਾਂ ਅਤੇ ਆਓ ਕੇਵਲ ਆਉਣ ਮਾਤਰ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਤੇਰਾ ਜੀਵਨ ਅਮੋਲਕ ਹੈ ਜਿਸ ਦਿਨ ਇਸ ਗੱਲ ਦਾ ਪਤਾ ਚੱਲ ਜਾਏਗਾ ਸਤਿਗੁਰੂ ਜੀ ਨੇ ਯਾਦ ਕਰਾਇਆ ਕਿ ਭਾਈ ਫਿਰ ਬੰਦਾ ਬਦਲ ਸਕਦਾ ਹੈ ਉਹਨੂੰ ਕੋਈ ਹੋਰ ਨਹੀਂ ਬਦਲ ਸਕਦਾ ਜਿੰਨਾ ਚਿਕਰ ਉਹ ਖੁਦ ਨਹੀਂ ਬਦਲਣਾ ਚਾਹੁੰਦਾ ਆਓ ਸਾਡੇ ਰਹਿਬਰ ਸਾਡੇ ਗੁਰੂ ਜੀ ਜਿਨ੍ਹਾਂ ਨੇ ਕੇਵਲ ਔਰ ਕੇਵਲ ਨਾਮ ਜਪਣ ਦਾ ਪਾਵਨ ਸੰਦੇਸ਼ ਦਿੱਤਾ ਹੈ ਆਓ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਪਰਮਾਤਮਾ ਦੇ ਨਾਮ ਦੀ ਬੰਦਗੀ ਤੋਂ ਸਤਿਗੁਰੂ ਜੀ ਕਹਿੰਦੇ ਉਹ ਬਾਹਰ ਨਹੀਂ ਉਹ ਤੇਰੇ ਅੰਦਰ ਹੀ ਹੈ ਕਸਤੂਰੀ ਮਿਰਗ ਪਾਸ ਹੈ ਰੇ ਢੂੰਡਤ ਘਾਸ ਫਿਰੇ ਸਤਿਗੁਰੂ ਜੀ ਕਹਿੰਦੇ ਜਿਵੇਂ ਕਸਤੂਰੀ ਮਿਰਗ ਦੇ ਹਿਰਨ ਦੇ ਅੰਦਰ ਹੈ ਅਤੇ ਜਦੋਂ ਉਹਨੂੰ ਸੁਗੰਧੀ ਆਉਂਦੀ ਵਾਸ਼ਨਾ ਆਉਂਦੀ ਹੈ ਪਾਗਲਾਂ ਦੀ ਤਰ੍ਹਾਂ ਜੰਗਲਾਂ ਦੇ ਵਿੱਚ ਲੱਭਦਾ ਹੈ ਅਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੈ ਕਿ ਜਿਸ ਕਸਤੂਰੀ ਨੂੰ ਉਹ ਬਾਹਰ ਲੱਭਦਾ ਫਿਰਦਾ ਹੈ ਉਹਦੇ ਅੰਦਰ ਹੀ ਹੈ ਅਤੇ ਆਓ ਨਾਮ ਜਪਣ ਵਾਲੇ ਸੰਤ ਹੋਕਾ ਦਿੰਦੇ ਹੈ ਚੌਕੀਦਾਰ ਦਾ ਕੰਮ ਹੈ ਰਾਤ ਨੂੰ ਹੋਕਾ ਦਿੰਦਾ ਹੈ ਜਾਗਦੇ ਰਹੋ ਅਤੇ ਸਤਿਗੁਰੂ ਜੀ ਕਹਿੰਦੇ ਨਾਮ ਜਪਣ ਵਾਲੇ ਸੰਤ ਸੰਗਤਾਂ ਨੂੰ ਨਾਮ ਜਪਣ ਦਾ ਹੋਕਾ ਦਿੰਦੇ ਹੈ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਨ ਦਾ ਪਾਵਨ ਸੰਦੇਸ਼ ਦਿੰਦੇ ਹੈ ਅਤੇ ਆਓ ਅਗਰ ਸਾਰੇ ਸੁੱਖ ਚਾਹੁੰਦਾ ਹੈ ਅਤੇ ਸਤਿਗੁਰੂ ਜੀ ਕਹਿੰਦੇ ਨਾਮ ਜਪਣ ਵਾਲੇ ਸੰਗਤਾਂ ਦੀ ਸੰਗਤ ਕਰ ਅਤੇ ਭਾਈ ਦੱਸੇ ਹੋਏ ਉਪਦੇਸ਼ਾਂ 'ਤੇ ਗੁਰੂ ਦੇ ਦੱਸੇ ਹੋਏ ਵਿਚਾਰਾਂ 'ਤੇ ਚੱਲਣਾ ਪਵੇਗਾ ਅਤੇ ਸਤਿਗੁਰੂ ਜੀ ਕਹਿੰਦੇ ਤੇਰਾ ਵੀ ਜੀਵਨ ਪਵਿੱਤਰ ਹੋ ਜਾਏਗਾ ਤੇਰਾ ਜੀਵਨ ਬਦਲ ਜਾਏਗਾ ਅਤੇ ਆਓ ਸਾਰੀਆਂ ਸੰਗਤਾਂ ਦੀਆਂ ਪੰਕਤੀਆਂ ਅੰਦਰ ਸਤਿਗੁਰੂ ਜੀ ਨੇ ਯਾਦ ਕਰਾਇਆ ਅੰਗ ਹਨ ਬਹਿ ਗੜੇ ਪਵਨ ਪਿਓ ਪਾ
ਚਰਨ ਪਖਾਰੂ ਡੰਡੌਤ ਬੰਦਨਾ ਮੱਥਾ ਟੇਕਣ ਦੇ ਕਈ ਤਰੀਕੇ ਨੇ ਕਈ ਜ਼ਰੀਏ ਨੇ ਡੰਡੌਤ ਬੰਦਨਾ ਡੰਡੇ ਦੀ ਤਰ੍ਹਾਂ ਸਿੱਧੇ ਲੰਮੇ ਪੈ ਜਾਣਾ ਜਦੋਂ ਡੰਡੌਤ ਬੰਦਨਾ ਕਰਦੀ ਹੈ ਸਰੀਰ ਦੇ ਅੱਖਾਂ ਧਰਤੀ ਦੇ ਨਾਲ ਸਪਰਸ਼ ਕਰਦੇ ਨੇ ਅਤੇ ਗੁਰੂ ਪਹਿਲੀ ਸਾਹਿਬ ਜੀ ਗੁਰੂ ਜੀ ਨੇ ਯਾਦ ਕਰਾਇਆ ਕਿ ਨਾਮ ਲਿਖਣ ਵਾਲੇ ਸੰਤਾਂ ਦੇ ਚਰਨਾਂ ਦੇ ਵਿੱਚ ਬਾਰੰਬਾਰ ਪ੍ਰਣਾਮ ਕਰਦਾ ਹਾਂ। ਸਤਿ ਜੀ ਕਹਿੰਦੇ ਜਿਹੜੇ ਨਾਮ ਲਿਖਣ ਵਾਲੇ ਸੰਤ ਹੈ ਭਾਈ ਉਹ ਮੈਂ ਹੁਣੇ ਹੁਣੇ ਪੰਕਤੀਆਂ ਉਚਾਰਨ ਕੀਤੀਆਂ ਸੀ, ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਹੈ। ਕਹਿੰਦੇ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਵੇ ਕਈ ਵਾਰ ਮੋਤੀ ਆ ਉੱਤੋਂ ਆਉਂਦਾ ਹੈ ਪੜਦਾ ਚੜ ਜਾਂਦਾ ਹੈ, ਡਾਕਟਰ ਦੇ ਕੋਲ ਜਾਂਦੇ ਹਾਂ ਅਤੇ ਭਾਈ ਕੋਲ ਪਈ ਹੋਈ ਚੀਜ਼ ਦਿਖਾਈ ਵੀ ਨਹੀਂ ਦੇ ਅਤੇ ਡਾਕਟਰ ਕੀ ਕਹਿੰਦਾ ਹੈ ਕਿਸੇ ਦਾ ਕੋਈ ਕਸੂਰ ਨਹੀਂ, ਤੇਰੀਆਂ ਅੱਖਾਂ ਦੇ ਵਿੱਚ ਪ੍ਰੋਬਲਮ ਹੈ, ਤੈਨੂੰ ਪਰੇਸ਼ਾਨੀ ਹੈ, ਡਰੋਪ ਦਿੰਦਾ ਹੈ ਜੇ ਜ਼ਿਆਦਾ ਪ੍ਰੋਬਲਮ ਵੱਡੀ ਹੈ ਓਪਰੇਸ਼ਨ ਕਰ ਦਿੰਦਾ, ਜਿਹੜਾ ਅੱਖ ਦੇ ਉੱਤੇ ਚੜ੍ਹਿਆ ਹੋਇਆ ਫੜਦਾ ਹੈ ਉਹਨੂੰ ਉਤਾਰ ਦਿੰਦਾ ਹੈ, ਸਾਫ਼ ਦਿਸਣਾ ਪ੍ਰਾਰੰਭ ਹੋ ਗਿਆ। ਅਤੇ ਸਫਰ ਜੀ ਕਹਿੰਦੇ ਸੁਣ ਅਤੇ ਸਮਾਧੀ ਲੱਗੀ ਨਾਲ ਪਰਮਾਤਮਾ ਦੇ ਦੁਨੀਆਂ ਵੀ ਜਾਣੇ ਸਾਨੂੰ ਸੁਣਦੇ ਹੈ ਸਫਰ ਜੀ ਕਹਿੰਦੇ ਦੁਨੀਆਂ ਦੇ ਲੋਕ ਜਾਗਦੇ ਹੋਏ ਵੀ ਸੁੱਤੇ ਹੈ ਅਤੇ ਨਾਮ ਜਪਣ ਵਾਲੇ ਸੰਤ ਸੁੱਤੇ ਹੋਏ ਵੀ ਜਾਗਦੇ ਆ ਕਿਉਂਕਿ ਉਹਨਾਂ ਦਾ ਅੰਤਸ਼ ਕਰਨ ਜਾਗਦਾ ਹੈ। ਗੁਰੂ ਪਿਆਰੇ ਸਾਧ ਸੰਗਤ ਜੀ ਕਿਹਾ ਤੂੰ ਸੋਇਆ ਜਾਗ ਗਿਆਨਾ ਤੈ ਜੀਵਨ ਕਰ ਜਾਂਦਾ, ਗਿਆਨਤਾ ਦੀ ਨਿਦਰਾ ਦੇ ਵਿੱਚ ਸੁੱਤੇ ਹੋਏ ਜਗਾਇਆ ਹੈ ਭਾਈ ਜਾਗ ਤੇਰੇ ਜੀਵਨ ਦਾ ਇੱਕ ਇੱਕ ਪਲ, ਤੇਰੇ ਜੀਵਨ ਦਾ ਇੱਕ ਇੱਕ ਵਿਸ਼ਵਾਸ ਤੇਰੇ ਜੀਵਨ ਦੇ ਵਿੱਚੋਂ ਘਟਦਾ ਚਲਿਆ ਜਾ ਰਿਹਾ। ਕਰੂ ਡੰਡਾ ਸਤਿਗੁਰ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਕੀ ਭੇਟ ਕਰ ਸਕਦਾ, ਕੀ ਦੇ ਸਕਦਾ, ਜੋ ਵੀ ਮੇਰੇ ਪਾਸ ਹੈ ਤੇਰੋ ਕੀਆ ਤੁਝੇ ਕੇ ਅਰਪੋ, ਤੇਰੇ ਦਿੱਤੇ ਵਿੱਚੋਂ ਤੈਨੂੰ ਕੀ ਭੇਟ ਕਰ ਸਕਦਾ। ਕਥਾ ਕਹੇ ਰਾਜੇ ਵਿਚਾਰੇ ਆਪ ਕਰੇ ਔਰ ਉਤਾਰੇ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਸੰਤ ਹੈ ਜਿੱਥੇ ਵੀ ਬੈਠਦੇ ਹੈ ਪਰਮਾਤਮਾ ਦੇ ਨਾਮ ਦੀ ਸੁੰਦਰ ਸੁੰਦਰ ਚਰਚਾ, ਪਰਮਾਤਮਾ ਦੇ ਨਾਮ ਦੀ ਸਿਲਸਿਲਾ, ਪਰਮਾਤਮਾ ਦੇ ਨਾਮ ਦੇ ਸੁੰਦਰ ਸੁੰਦਰ ਗੀਤ। ਸਤਿਗੁਰੂ ਜੀ ਕਹਿੰਦੇ ਆਪ ਪਰਮਾਤਮਾ ਦੇ ਨਾਮ ਦੀ ਮਹਿਮਾ ਪਾਉਂਦੇ ਹੈ, ਆਪ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਜਾਂਦੇ ਹੈ ਅਤੇ ਲੱਖਾਂ ਪਾਪੀਆਂ ਨੂੰ ਇਸ ਸੰਸਾਰ ਦੇ ਭਵਜਲ ਤੋਂ ਪਾਰ ਕਰਦੇ। ਆਓ ਸਤਿਗੁਰ ਕੇ ਸੰਗ ਲਾਗ ਕੇ ਲੋਹਾ ਹੋ ਜਾਂਦਾ, ਲੱਕੜੀ ਦੇ ਸੰਗ ਲੋਹਾ ਪਾਰ ਹੋ ਜਾਂਦਾ ਬਜ਼ੁਰਗਾਂ ਦੀ ਕਹਾਵਤ ਹੈ, ਅਤੇ ਗੁਰੂ ਜੀ ਨੇ ਮੋਹਰ ਲਾ ਦਿੱਤੀ ਹੈ, ਸਟੈਂਪ ਲਗਾ ਦਿੱਤੀ ਹੈ ਕਿ ਭਾਈ ਗੁਰਦਾਸ ਮਿਲੇ ਨਿਧਿ ਦਾਸ
ਜਾਤ ਨਾ ਜਨਮ ਨਾ ਜੂਨ ਕਾ ਆਓ ਅਦਰਣੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਏਕਤਾ ਸਮਾਨਤਾ ਆਪਸ ਵਿੱਚ ਭਾਈਚਾਰੇ ਦਾ ਪਰਮਾਤਮਾ ਦੇ ਨਾਮ ਦੀ ਭਗਤੀ ਕਰਨ ਦਾ ਸੰਤਾਂ ਦੀ ਸੰਗਤ ਕਰਨ ਦਾ ਨਸ਼ਿਆਂ ਦਾ ਤਿਆਗ ਕਰਨ ਦਾ ਅਤ ਧਤੂਰਾ ਸੁਰਾ ਪਾਨ ਉਤਰ ਦਾ ਇਹ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦੀ ਗੁਰਾਤ ਰਵਿਦਾਸ ਮਧੁਰਾ ਕਾ ਪੀਜੀਏ ਜੋ ਦੇ ਨਾਮ ਦੀ ਬੰਦਗੀ ਕਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਤੂੰ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਹੀ ਹੁਕਮ ਇਹੀ ਸੰਦੇਸ਼ ਦੇਣ ਵਾਸਤੇ ਮੇਰਾ ਸ਼੍ਰੀ ਸਤਿ ਸੰਭਾਲਦਾ ਜੀ ਸੱਚਖੰਡ ਗੱਲਾਂ ਦੇ ਸੰਚਾਲਕ ਸਤਿਗੁਰੂ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਆਪ ਸਭ ਸੰਤਾਂ ਨੂੰ ਆਸ਼ੀਰਵਾਦਾਂ ਦੇਣ ਵਾਸਤੇ ਦੁਬਈ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਦੇਣ ਵਾਸਤੇ ਮਹਾਰਾਜ ਜੀ ਪਧਾਰੇ ਨੇ ਇੱਕ ਵਾਰ ਸਮੁੱਚੀਆਂ ਦੁਬਈ ਦੀਆਂ ਸੰਗਤਾਂ ਸ਼੍ਰੀ ਗੁਰੂ ਰਵਿਦਾਸ ਰਾਜੂਰੀ ਅਤੇ ਪ੍ਰਧਾਨ ਸਾਹਿਬ ਸ਼੍ਰੀਮਾਨ ਰਾਮਪਾਲ ਜੀ ਉਹਨਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਸ਼੍ਰੀਮਾਨ ਗੁਰਦਿਆਲ ਚਾਹਲ ਜੀ ਔਰ ਉਹਨਾਂ ਦਾ ਸਮੁੱਚਾ ਕਮੇਟੀ ਮੈਂਬਰ ਅੱਜ ਵਧਾਈ ਦੇ ਪਾਤਰ ਨੇ ਵਧਾਈ ਦੀਆਂ ਪਾਤਰ ਨੇ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਜੂਏ ਦੀ ਧਰਤੀ ਦੇ ਉੱਤੇ ਇੰਡੀਆ ਦੀ ਤਰ੍ਹਾਂ ਪ੍ਰੋਗਰਾਮ ਅੱਜ ਦੇਖਣ ਦਾ ਮੌਕਾ ਮਿਲਿਆ ਹਰ ਸਾਲ ਬਹੁਤ ਸੁਚੱਜੇ ਤਰੀਕੇ ਦੇ ਨਾਲ ਬੜੇ ਸੁੰਦਰ ਤਰੀਕੇ ਦੇ ਨਾਲ ਸਤਸੰਗ ਦਾ ਕਾਰਿਕ੍ਰਮ ਦਾ ਆਯੋਜਨ ਸੰਗਤਾਂ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸਾਰੀਆਂ ਸੰਗਤਾਂ ਕੌਮ ਮੇਰੀ ਦਿਓ ਵੀਰੋ ਭੈਣੋ ਦਰ ਦਰ ਠੋਕਰ ਖਾਓ ਨਾ ਗੁਰੂ ਰਵਿਦਾਸ ਗੁਰੂ ਹੈ ਸਾਡਾ ਇਸ ਨੂੰ ਕਦੇ ਭੁਲਾਓ ਨਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਰਹਿਬਰਾਂ ਦਾ ਸਤਿਕਾਰ ਕਰੋ ਕਿਉਂਕਿ ਦੁਨੀਆਂ ਦੇ ਜਿੰਨੇ ਵੀ ਧਰਮ ਨੇ ਰਹਿਬਰ ਨੇ ਮਾਨਵਤਾ ਦਾ ਸੰਦੇਸ਼ ਦਿੰਦੇ ਆ ਲੇਕਿਨ ਸਭ ਤੋਂ ਪਹਿਲਾ ਸਥਾਨ ਆਪਣੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਦਿਓ ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਸਾਨੂੰ ਇਹੋ ਜਿਹਾ ਸੁੰਦਰ ਜੀਵਨ ਮਿਲਿਆ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਭੁੱਲਿਓ ਨਾ ਉਹ ਸਾਰੀਆਂ ਸੰਗਤਾਂ ਰਵਿਦਾਸ ਮਹਾਰਾਜ ਦੇ ਦੱਸੇ ਹੋਏ ਉਪਦੇਸ਼ਾਂ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਕਰੀਏ ਉਹਨਾਂ ਸ਼ਬਦਾਂ ਦੇ ਨਾਲ ਗੁਰ ਚਾਤਾ ਵਿੱਚ ਨਮਸਕਾਰ ਕਰਦੇ ਹੋਏ ਇੱਥੇ ਮੈਂ ਬਾਣੀ ਜੈ ਗੁਰਦੇਵ ਸਾਰੇ ਪਹਿਰ ਬਲਵਾਨ ਕੀ ਜੈ
ਸ਼੍ਰੀ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ, ਸਤਨਾਮ ਸਤਨਾਮ ਸਤਨਾਮ। ਜੈ ਗੁਰਦੇਵ, ਧੰਨ ਗੁਰਦੇਵ, ਜੋ ਬੋਲੇ ਸੋ ਨਰ ਪੈ, ਤਨ ਤਨ ਸਤਿਗੁਰੂ ਜਗਤ ਗੁਰਦਾਸ ਮਹਾਰਾਜ ਕੀ ਜੈ। ਸੰਤ ਮਨਦੀਪ ਦਾਸ ਜੀ ਡੇਰਾ ਸਤਖੰਡ ਬੱਲਾਂ ਤੋਂ, ਜਿਨ੍ਹਾਂ ਨੇ ਕੀਰਤਨ ਕੀਤਾ, ਸੰਤਾਂ ਨੂੰ ਨਿਹਾਲ ਕੀਤਾ। ਤੇ ਹੁਣ ਸਾਡੇ ਡੇਰਾ ਸਤਖੰਡ ਬੱਲਾਂ ਤੋਂ ਦਵਿੰਦਰ ਦਾਸ ਜੀ ਸੇਵਾਦਾਰ ਜੀ ਆਏ ਨੇ, ਉਹ ਇਸੇ ਤਰ੍ਹਾਂ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਆਪਣੀ ਹਾਜ਼ਰੀ ਲਾਉਣਗੇ। ਤੇ ਜ਼ਰੂਰੀ ਬੇਨਤੀ, ਸਾਡੇ ਜਿੰਨੇ ਵੀ ਪ੍ਰਬੰਧਕ ਵੀਰ ਆ ਤੇ ਕੀਰਤਨ ਭਾਈ ਸਾਹਿਬ ਜੀ ਕਰਨਗੇ, ਔਰ ਨਾਲ ਦੀ ਨਾਲ ਸਮਾਂ ਸਾਡੇ ਕੋਲ ਥੋੜ੍ਹਾ ਆ, 3:30 ਵਜੇ ਸਮਾਪਤੀ ਕਰਨੀ ਆ, ਸੰਗਤ ਨੇ ਲੰਗਰ ਵੀ ਛਕਣਾ ਆ, ਅਤੇ ਅਸੀਂ ਕੁਝ ਸਨਮਾਨ ਜੋ ਸੇਵਾਦਾਰਾਂ ਦੇ ਆ ਉਹ ਨਾਲ ਨਾਲ ਅਸੀਂ ਕਰਨਾ ਚਾਹੁੰਦੇ ਹਾਂ। ਅਤੇ ਮੈਂ ਸਾਥੀਆਂ ਨੂੰ ਬੇਨਤੀ ਕਰੂੰਗਾ, ਆਪਣਿਆਂ ਨੂੰ ਇੱਕ ਇੱਕ ਟੀਮ ਜੁਨਤਾ ਦੇ ਆਪਣੇ ਆਪਣੇ ਜੋ ਸੇਵਾਦਾਰ ਦਿਨ ਰਾਤ ਇਹਨਾਂ ਨੇ ਕੀਤਾ ਆ, ਉਹ ਕੋਈ ਵੀ ਸੇਵਾਦਾਰ ਕੋਈ ਵਾਂਝਾ ਨਾ ਰਹਿ ਜਾਵੇ, ਮਹਾਂਪੁਰਸ਼ਾਂ ਤੋਂ ਆਪਣਾ ਆਸ਼ੀਰਵਾਦ ਲਵੇ, ਮਾਨ ਸਨਮਾਨ ਲਵੇ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸੋਨਾਪੁਰ ਦੀ ਟੀਮ, ਸਾਡੇ ਪ੍ਰਧਾਨ ਕੁਲਵਿੰਦਰ ਜੀ, ਰੋਸ਼ਨ ਜੀ, ਉਹ ਆਪਣੀ ਟੀਮ ਲੈ ਕੇ ਮਹਾਂਪੁਰਸ਼ਾਂ ਦੇ ਕੋਲ ਆਓ, ਔਰ ਪ੍ਰਧਾਨ ਜੀ ਨਿਰਮਲ ਜੀ ਨੂੰ ਬੇਨਤੀ ਕਰੂੰਗਾ ਕਿ ਮਹਾਂਪੁਰਸ਼ਾਂ ਦੇ ਕੋਲੋਂ ਸਨਮਾਨ ਵੀਰਾਂ ਨੂੰ ਦਵਾਓ, ਔਰ ਉਸ ਤੋਂ ਬਾਅਦ ਆਬੂ ਧਾਬੀ ਤੋਂ ਸਾਡੇ ਬਲਵਿੰਦਰ ਹੀਰ ਜੀ ਔਰ ਰਵੀ ਕਰਤਾਰਪੁਰੀ, ਉਹ ਜਿਹੜੇ ਵੀ ਆਪਣੇ ਸੇਵਾਦਾਰ ਉਹਨਾਂ ਦੇ ਨਾਲ ਆਏ ਨੇ, ਬਹੁਤ ਵੀਰਾਂ ਨੇ ਸੇਵਾ ਕੀਤੀ ਆ, ਬੱਸਾਂ ਲੈ ਕੇ ਆਏ ਨੇ, ਬਹੁਤ ਵੱਡੀ ਮਾਇਆ ਦਿੱਤੀ ਆ ਇਸ ਗੁਰਪੁਰਬ ਮਨਾਉਣ ਵਾਸਤੇ, ਲੰਗਰ ਵਾਸਤੇ। ਔਰ ਆਬੂ ਧਾਬੀ ਦੀ ਟੀਮ ਬਲਵਿੰਦਰ ਹੀਰ ਜੀ ਨਾਲ ਉਹਨਾਂ ਦੇ ਰਵੀ ਕਰਤਾਰਪੁਰੀ, ਉਹ ਵੀ ਲਾਈਨ ਵਿੱਚ ਲੱਗ ਜਾਣ, ਕਿਉਂਕਿ ਫਿਰ ਮੈਂ ਦੁਹਰਾ ਦੇਵਾਂ ਬੇਨਤੀ ਕਿ ਜਿਸ ਤਰ੍ਹਾਂ ਕੀਰਤਨ ਸਾਡੇ ਭਾਈ ਸਾਹਿਬ ਦਵਿੰਦਰ ਦਾਸ ਜੀ ਕਰਨਗੇ, ਨਾਲ ਨਾਲ ਆਪਣਾ ਆਪਣਾ ਸੰਤਾਂ ਤੋਂ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲੈ ਲਓ, ਮਾਨ ਸਨਮਾਨ ਲੈ ਲਓ, ਤਾਂ ਜੋ ਸਮਾਂ ਸਾਡਾ ਬਾਅਦ ਵਿੱਚ ਖਰਾਬ ਨਾ ਹੋਵੇ। ਇਸੇ ਤਰ੍ਹਾਂ ਅਲਕੋਜ ਤੋਂ ਸਾਡੇ ਮਨੋਜ ਜੀ ਪ੍ਰਧਾਨ, ਅਸ਼ੋਕ ਕੁਮਾਰ ਜੀ, ਸੁਰਜੀਤ ਜੀ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਨਾਲ ਸੇਵਾਦਾਰ ਦਿਨ ਰਾਤ ਮਿਹਨਤ ਕਰਦੇ ਨੇ, ਉਹ ਵੀ ਆਪਣਾ ਮਾਨ ਸਨਮਾਨ ਲੈਣ। ਤਾਂ ਉਸੇ ਤਰ੍ਹਾਂ ਜੱਬਲ ਅਲੀ ਤੋਂ ਸਾਡੇ ਕੁਲਵਿੰਦਰ ਜੀ ਖਾਨ ਸਾਹਿਬ ਤੋਂ, ਜੱਬਲ ਅਲੀ ਤੋਂ ਕੁਲਵਿੰਦਰ ਜੀ ਖਾਨ ਸਾਹਿਬ ਤੋਂ ਆਏ ਨੇ, ਉਹਨਾਂ ਦੇ ਨਾਲ ਵੀ ਜਿਹੜੇ ਸੇਵਾਦਾਰ ਨੇ ਉਹ ਵੀ ਆਪਣੀ ਟੀਮ ਪੂਰੀ ਲੈ ਕੇ ਆਪਣਾ ਮਾਨ ਸਨਮਾਨ ਮਹਾਂਪੁਰਸ਼ਾਂ ਤੋਂ ਲੈਣ, ਔਰ ਲੈਣ ਤੋਂ ਸਾਡੀ ਯੂਨਿਟ ਦੇ ਪ੍ਰਧਾਨ ਮਹਿੰਦਰਪਾਲ ਜੀ, ਉਹ ਵੀ ਮੇਰੀ ਜਿੱਥੇ ਆਵਾਜ਼ ਸੁਣਦੇ ਹੋਣ, ਉਹਨਾਂ ਦੇ ਨਾਲ ਜਿਹੜੇ ਸੇਵਾਦਾਰ ਆਏ ਨੇ ਉਹ ਵੀ ਆਪਣਾ ਮਾਨ ਸਨਮਾਨ ਲਾਈਨ ਵਿੱਚ ਲਾ ਕੇ ਲੈ ਲੈਣ, ਔਰ ਫਜੀਰਾ ਤੋਂ ਸਾਡੇ ਯੂਨਿਟ ਦੇ ਪ੍ਰਧਾਨ ਰਾਮਮੂਰਤੀ ਜੀ, ਉਹਨਾਂ ਨੂੰ ਵੀ ਬੇਨਤੀ ਆ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਉਹ ਵੀ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਮਹਾਂਪੁਰਸ਼ਾਂ ਤੋਂ ਆਪਣਾ ਸਨਮਾਨ ਲੈਣ, ਔਰ ਦਹਿਤ ਤੋਂ ਸਾਡੇ ਯੂਨਿਟ ਦੇ ਪ੍ਰਧਾਨ ਮੋਹਨ ਲਾਲ ਜੀ, ਉਹਨਾਂ ਨੂੰ ਵੀ ਬੇਨਤੀ ਆ ਜਿੱਥੇ ਮੇਰੀ ਆਵਾਜ਼ ਸੁਣਦੇ ਹੋਣ ਉਹ ਵੀ ਆਪਣਾ ਮਾਨ ਸਨਮਾਨ ਮਹਾਂਪੁਰਸ਼ਾਂ ਤੋਂ ਲੈਣ। ਫਿਰ ਮੈਂ ਕੋਈ ਨਹੀਂ ਸੰਗਤ ਨੂੰ, ਮਨੋਜ ਜੀ ਮੇਰੀ ਆਵਾਜ਼ ਸੁਣਦੇ ਹੋਣ, ਅਸ਼ੋਕ ਜੀ, ਮਨੋਜ, ਜਿੰਨੀ ਵੀ ਟੀਮ ਹੈ ਕੋਈ ਵੀ ਜਿਹੜੇ ਵੀ ਸੇਵਾਦਾਰ ਆ ਉਹ ਵੀ ਆਪਣੇ ਮਹਾਂਪੁਰਸ਼ਾਂ ਤੋਂ ਮਾਨ ਸਨਮਾਨ ਲੈਣ, ਔਰ ਜਮਾਨ ਤੋਂ ਸੁਰਜੀਤ ਜੀ, ਅਸ਼ੋਕ ਜੀ, ਸੁਰਜੀਤ ਜੀ, ਜਮਾਨ ਦੀ ਜਿਹੜੀ ਟੀਮ ਹੈ, ਜਿੰਨੇ ਵੀ ਸੇਵਾਦਾਰ ਦਿਨ ਰਾਤ ਮਿਹਨਤ ਕਰਦੇ ਨੇ, ਲੰਗਰ ਦੀ ਸੇਵਾ ਕਰਦੇ ਨੇ, ਹੋਰ ਪ੍ਰਬੰਧ ਕਰਦੇ ਨੇ, ਉਹਨਾਂ ਨੂੰ ਵੀ ਬੇਨਤੀ ਆਵੇ ਜਮਾਨ ਦੀ ਟੀਮ ਜਿੰਨੀ ਅਸ਼ੋਕ ਜੀ ਔਰ ਸੁਰਜੀਤ ਜੀ ਲੈ ਕੇ ਆਏ ਨੇ ਉਹ ਵੀ ਆਪਣਾ ਮਾਨ ਸਨਮਾਨ ਲੈਣ। ਫਿਰ ਬੇਨਤੀ ਆ ਆਬੂ ਧਾਬੀ ਤੋਂ ਬਲਵਿੰਦਰ ਹੀਰ ਜੀ, ਰਵੀ ਕਰਤਾਰਪੁਰੀ, ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਆਪਣੀ ਟੀਮ ਲੈ ਕੇ ਸੇਵਾਦਾਰਾਂ ਤੋਂ, ਸੇਵਾਦਾਰਾਂ ਨਾਲ ਲੈ ਕੇ ਮਹਾਂਪੁਰਸ਼ਾਂ ਤੋਂ ਮਾਨ ਸਨਮਾਨ
ਆ ਉਹ ਆਪਣੇ ਅਸ਼ਵਨੀ ਸਕਿਓਰਟੀ ਇੰਚਾਰਜ ਉਹਨਾਂ ਨੂੰ ਬੇਨਤੀ ਕਰੂੰਗਾ ਮੈਂ ਲਾਸਟ ਵਿੱਚ ਜਦੋਂ ਪੂਰਾ ਸਮਾਪਤ ਹੋ ਜਾਊਗਾ ਜੇ ਮਹਾਰਾਜ ਜੀ ਨਹੀਂ ਆ ਸਕਦੇ ਡੇਰੇ ਤੋਂ ਕਿਸੇ ਨੂੰ ਭੇਜ ਦੇਣ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਸਿਰਫ ਇੱਕ ਦਿਨ ਵਾਸਤੇ ਅੱਜ ਦਾ ਸਮਾਂ ਕੱਢ ਕੇ ਮਹਾਰਾਜ ਜੀ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੀ ਹੈ ਇਸ ਵਾਰੀ ਮਹਾਰਾਜ ਜੀ ਬਨਾਰਸ ਵੀ ਨਹੀਂ ਜਾ ਸਕੇ ਕੁਝ ਸਿਹਤ ਨਾ ਠੀਕ ਹੋਣ ਕਾਰਨ ਕੁਝ ਸਮੇਂ ਤੋਂ ਡੇਰੇ ਹੀ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਦੇ ਨੇ ਤੇ ਅੱਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਬੇਨਤੀਆਂ ਕਰੀਏ ਕਿ ਸਾਡੀਆਂ ਵੀ ਉਮਰਾਂ ਸਾਡੇ ਗੁਰੂਆਂ ਨੂੰ ਲੱਗ ਜਾਣ ਮਹਾਰਾਜ ਜੀ ਇਸੇ ਤਰ੍ਹਾਂ ਸੰਗਤਾਂ ਦਾ ਉਧਾਰ ਕਰਦੇ ਰਹਿਣ ਆਓ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਬਸਦੀਆਂ ਨੇ ਜਿਹਨਾਂ ਦਾ ਗੁਰੂਆਂ ਦੇ ਨਾਲ ਪ੍ਰੇਮ ਹੈ ਗੁਰੂਆਂ ਦੇ ਨਾਲ ਪਿਆਰ ਹੈ ਅੱਜ ਦੁਬਈ ਦੇ ਵਿੱਚ ਦੇਖ ਕੇ ਇਸ ਤਰ੍ਹਾਂ ਨਹੀਂ ਜਾਪਦਾ ਕਿ ਅਸੀਂ ਦੁਬਈ ਤੇ ਬੈਠੇ ਇੱਦਾਂ ਲੱਗਦਾ ਕਿ ਇੰਡੀਆ ਦੇ ਵਿੱਚ ਕੋਈ ਪ੍ਰੋਗਰਾਮ ਹੈ ਇਹਨਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਹਨਾਂ ਮਹਾਰਾਜ ਦੇ ਚਰਨਾਂ ਦੇ ਨਾਲ ਪ੍ਰੇਮ ਇੰਨਾ ਪਿਆਰ ਬੜੇ ਬੇਸਬਰੀ ਦੇ ਨਾਲ ਸੰਗਤਾਂ ਜਦੋਂ ਮਹਾਰਾਜ ਜੀ ਪੰਡਾਲ ਦੇ ਵਿੱਚ ਆਏ ਬੇਸਬਰੀ ਦੇ ਨਾਲ ਸੰਗਤਾਂ ਗੁਰੂਆਂ ਦੇ ਦਰਸ਼ਨ ਕਰਨ ਵਾਸਤੇ ਬੈਠੀਆਂ ਸਨ ਅੱਖੀਆਂ ਦੇ ਵਿੱਚੋਂ ਗੁਰੂ ਦਾ ਪ੍ਰੇਮ ਅੱਖੀਆਂ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਤਾਂਘਾ ਲੈ ਕਰਕੇ ਸੰਗਤਾਂ ਪੰਡਾਲ ਦੇ ਵਿੱਚ ਉਪਸਥਿਤ ਸਨ ਤੇ ਆਓ ਆਪਾਂ ਸਾਰੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਜੁੜ ਕੇ ਬੈਠੇ ਹਾਂ ਆਓ ਰਸਨਾਂ ਨੂੰ ਪਵਿੱਤਰ ਕਰੀਏ ਮਿਲ ਕਰਕੇ ਸਾਰੀਆਂ ਸੰਗਤਾਂ ਉਚਾਰਨ ਕਰੀਏ ਬੜਾ
ਮਨ ਦੇ ਵਿੱਚ ਗੁਰੂ ਦੇ ਦਰਸ਼ਨ ਨਾ ਜਾਓ, ਮਨ ਦੇ ਵਿੱਚ ਗੁਰੂ ਦੇ ਦਰਸ਼ਨ ਦੀ ਅਭਿਲਾਸ਼ਾ ਪਿਆਸ। ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਨੇ, ਦਾਦਾ ਗ੍ਰੰਥ ਸੰਭੋਲਿਆ ਸਗਲਾ ਪਾਇਆ ਮਾਸ, ਇਹ ਦੋਹੇ ਨੈਣਾ ਬਖਸ਼ ਹੋ ਮੇਰੇ ਦੇਖਣ ਦੀ ਆਸ। ਦਰਸ਼ਨਾਂ ਦੀ ਅਭਿਲਾਸ਼ਾ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਹੋਵੇ, ਫਿਰ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਪੂਰਾ ਆਪਣੇ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ। ਮਹਾਤਮਾ ਬੁੱਧ ਦੇ ਚਰਨਾਂ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਝੁਕ ਜਾਣਾ, ਢਹਿ ਜਾਣਾ, ਨਮਸਕਾਰਾਂ ਕਰ ਦੇਣੀਆਂ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਸਾਰਿਆਂ ਦੇ ਪਿੱਛੇ ਪਰਿਵਾਰ ਦੇ ਵਿੱਚ ਰਾਜੇ ਮਹਾਰਾਜੇ, ਪ੍ਰਾਪਤ ਰਾਜੇ ਮਹਾਰਾਜੇ ਸਨ। ਲੇਕਿਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਝੁਕ ਜਾਣਾ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਤੇ ਆਓ ਅੱਜ ਆਪਾਂ ਉਸ ਰਹਿਮਤ ਦੇ ਦਿਨ ਮਨਾ ਰਹੇ ਹਾਂ। ਮਹਾਂਪੁਰਸ਼ਾਂ ਨੇ ਬੜੀ ਕਿਰਪਾ ਕੀਤੀ ਹੈ, ਸਾਨੂੰ ਅੱਜ ਦਿਨ ਮਨਾਉਣ ਦਾ ਮੌਕਾ ਮਿਲਿਆ ਹੈ। ਸਮਾਂ ਕੁਝ ਜ਼ਿਆਦਾ ਹੋ ਗਿਆ, ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਣਾ। ਆਓ ਮਿਲ ਕਰਕੇ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਆਰਤੀ ਦਾ ਜਾਪ ਕਰੀਏ ਜੀ। ਬਾਬਾ ਪਿੱਪਲ ਦਾਸ ਗੁਰੂ ਸਰਵਣ ਦਾਸ, ਹਰੀ ਦਾਸ ਗੁਰ ਜੋਏ, ਸੋ ਹਮਰੀ ਰੱਖਿਆ ਕਰੇ, ਬਿਗਨ ਨਾ ਲਾਗੇ ਕੋ। ਸਤਿਗੁਰੂ ਗਰੀਬ ਦਾਸ ਬੰਦੋ ਨਿਤ ਸੁਭਾ ਸ਼ਾਮ, ਚਰਨ ਕਮਲ ਕੋ ਦੰਡਵਤ, ਕੋਟ ਕੋਟ ਪ੍ਰਣਾਮ। ਆਦਰਣੀਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤ ਬਾਣੀ ਦੇ ਰਚੇਤਾ, ਚੌ ਯੁੱਗਾਂ ਦੇ ਮਾਲਕ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ,